ਮੇਰਾ ਨਾਮ ਅਸ਼ਵਨੀ ਕੁਮਾਰ ਆ ਜੀ, ਅਸੀਂ ਕੋਟ ਆਤਮ ਸਿੰਘ ਬਾਦੀ ਦੇ ਰਹਿਣ ਵਾਲੇ ਹਾਂ। ਇੱਥੇ ਸਾਡੀ ਬਾਦੀ ਦੇ ਵਿੱਚ ਕਰੀਬ 2 ਸਾਲ ਤੋਂ ਸ਼ਰਾਬ ਦਾ ਨਜਾਇਜ਼ ਧੰਦਾ ਜਿਹੜਾ ਵੱਡੇ ਪੱਧਰ 'ਤੇ ਚੱਲ ਰਿਹਾ। ਅੱਜ ਦੀ ਤਰੀਕ 'ਚ ਅਸੀਂ ਲੋਕ ਆਪਣੀਆਂ ਦੁਕਾਨਾਂ, ਆਪਣੇ ਮਕਾਨ ਇੱਥੋਂ ਵੇਚਣ 'ਤੇ ਮਜਬੂਰ ਹੋ ਗਏ ਹਾਂ, ਕਿਉਂਕਿ ਇਹ ਇਲਾਕੇ ਉਹ ਵੀ ਇੱਥੋਂ ਵਿਕਦੇ ਨਹੀਂ ਪਏ। ਪ੍ਰਾਪਰਟੀ ਦਾ ਮੁੱਲ ਸਾਡਾ ਜ਼ੀਰੋ ਹੋ ਗਿਆ ਵਾ। ਜਿਹੜਾ ਸਾਡੇ ਕਾਰੋਬਾਰ ਸੀ ਉਹਦੇ ਉੱਤੇ ਕੋਈ ਸਾਡੇ ਗਾਹਕ ਨਹੀਂ ਆਉਂਦਾ। ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਇਹ ਨਸ਼ਾ ਮੁਕਤ ਹੋਣ ਦੀ ਬਜਾਏ ਇਹ ਲੋਕਾਂ ਨੂੰ ਨਸ਼ੇ ਘਰ ਘਰ ਇਹਨਾਂ ਨੇ ਭੇਜ ਦਿੱਤੇ ਆ, ਔਰ ਇਹ ਹਾਲਤ ਬਣਾਤੀ ਹੈ ਇਸ ਹਾਲਤ ਇੱਥੋਂ ਦੇ ਇਲਾਕੇ ਦੀ ਕਿ ਅਸੀਂ ਲੋਕ ਜੇ ਇੱਥੇ ਅੱਜ ਜਿਹੜੇ ਚੰਗੇ ਭਲੇ ਲੋਕ ਨੇ, ਜਾਂ ਤਾਂ ਅਸੀਂ ਇਹਨਾਂ ਨਾਲ ਰਲ ਕੇ ਹੁਣ ਸ਼ਰਾਬ ਵੇਚੀਏ ਜਾਂ ਸਮੈਕ ਵੇਚੀਏ, ਅਸੀਂ ਇੱਕ ਸਿਰਫ ਸਫੈਦ ਪੋਸ਼ ਹੋਣ ਕਰਕੇ ਇਸ ਚੀਜ਼ ਨੂੰ ਇੱਕ ਨਹੀਂ ਕਰ ਸਕਦੇ। ਅਸੀਂ ਰੋਟੀ ਜਿੱਦਾਂ ਖਾਣ ਲਈ ਜਿੱਦਾਂ ਅਸੀਂ ਦੱਸ ਨਹੀਂ ਸਕਦੇ ਵੀ ਅਸੀਂ ਕਿਵੇਂ ਰੋਟੀ ਖਾਣ ਡੇ ਕਿਤੇ। ਅਸੀਂ ਜੀ ਪੁਲਿਸ ਨੂੰ ਬਹੁਤ ਕੰਪਲੇਂਟਾਂ ਕੀਤੀਆਂ ਨੇ, ਪੁਲਿਸ ਨਾਲ ਸਾਰੀ ਰਲੀ ਹੋਈ ਆ। ਉੱਥੋਂ ਦੀ ਪੁਲਿਸ ਜਿਹੜੀ ਇਲਾਕੇ ਦਾ SHO, ਇਲਾਕੇ ਦਾ ਇੱਥੇ ਹਰਜਿੰਦਰ SI ਜੀ, ਹੁਣ ਪਤਾ ਨਹੀਂ ਇੱਥੇ ਹੈਗਾ ਕਿ ਨਹੀਂ ਹੈਗਾ, ਹਰਜਿੰਦਰ ਸਿੰਘ SI ਜੀ, ਸਾਰੀ ਦੇਣ ਜਿਹੜੀ ਆ। ਉੱਥੇ ਮੈਡਮ ਰਾਜਵਿੰਦਰ ਕੌਰ ਸੀਗੀ, ਜਿਹੜਾ ਇਹਦਾ ਸਾਰਾ ਬੇੜਾ ਗਰਕ ਹੋਇਆ ਉਸਦਾ, ਉਹਦੇ ਬੱਚੇ ਮਰਨਗੇ ਇਸ ਜਨਾਨੀ ਦੇ, ਇੱਕ ਹਰਜਿੰਦਰ SI ਦੇ ਬੱਚੇ ਮਰਨਗੇ। ਇਹ ਰਾਮਬਾਗ ਥਾਣੇ ਵਾਲੇ ਜਿਹੜੇ ਜਿਹੜੇ ਪੈਸੇ ਲੈਂਦੇ ਨੇ, ਇਹਨਾਂ ਦੇ ਵੀ ਬੱਚੇ ਮਰਨੇ ਆ, ਕਿਉਂਕਿ ਇਹਨਾਂ ਨੇ ਸਾਨੂੰ ਇੰਨਾ ਮਜਬੂਰ ਕਰਤਾ ਵਾ ਕਿ ਅਸੀਂ ਰੋਟੀ ਖਾਣ ਤੋਂ ਤੰਗ ਹੋ ਗਏ ਹਾਂ। ਆਉਂਦੇ ਆ ਮੋਟਰਸਾਈਕਲ ਤੋਂ ਨੁੱਕਰੇ ਲਾ ਕੇ ਉਹ ਤੋਂ ਪੈਸੇ ਲੈ ਲੈਂਦੇ ਆ। ਪ੍ਰੂਫ ਹੈਗਾ ਭਾਜੀ, ਸਾਰਾ ਇਲਾਕਾ ਹੀ ਵੇਚਣ ਡਿਆ, ਇੱਕ ਥੋੜ੍ਹਾ ਵੇਚਣ ਡਿਆ, ਕਿਹਨੂੰ ਕਹੀਏ? ਆ ਕੇ ਪੁਲਿਸ ਵਾਲਿਆਂ ਨੂੰ ਸਾਰਾ ਹੀ ਪਤਾ, ਜਿਹੜੇ ਐਕਸਾਈ ਵਾਲੇ ਆਉਂਦੇ ਉਹ ਵੀ ਨਾਂ ਦੇ ਹੀ ਆਉਂਦੇ ਆ, ਜਿਹੜੇ ਐਕਸਾਈ ਵਾਲੇ ਆਉਂਦੇ ਪਿੱਛੇ ਇਹਨਾਂ ਦੀ ਵਰਦੀਆਂ ਵੀ ਪਾੜੀ ਗਈਆਂ ਉਹਨਾਂ ਦੇ ਘਰ ਰੇਡ ਕਰਨੇ। ਕਹਿੰਦੀ ਜੁੱਤੀਆਂ ਖਾ ਕੇ ਨਾਲ ਰਲੇ ਆ, ਜੁੱਤੀਆਂ ਖਾ ਕੇ ਇਹ ਜਿੰਨੇ ਵੀ ਐਕਸਾਈ ਵਾਲੇ ਨਾਲ ਰਲੇ, ਰਾਮਬਾਗ ਦੀ ਪੁਲਿਸ ਜਿਹੜੀ ਆ ਨਾਲ ਰਲੀ ਆ। ਅਸੀਂ ਸਿਰਫ ਜਿਹੜੀ ਆ ਅੱਜ ਅਸੀਂ ਸ਼ਾਂਤੀਪੂਰਵਕ ਜਿਹੜਾ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਹਾਂ, ਇਸ ਤੋਂ ਬਾਅਦ ਜੇਕਰ ਸਾਡੇ ਦੇ ਇੱਥੇ ਕੋਈ ਕਾਰਵਾਈ ਨਾ ਹੋਈ, ਇਹ ਸ਼ਰਾਬ ਤੋਂ ਨੱਥ ਨਾ ਪਾਈ, ਅਸੀਂ ਇਕੱਲਾ ਇਕੱਲਾ ਬੰਦਾ ਆਪਣੇ ਆਪ ਨੂੰ ਅੱਗ ਲਾ ਕੇ ਇੱਥੇ ਜਿਹੜਾ ਆਤਮਦਾਹ ਦੇਵਾਂਗੇ। ਜੇ ਤੁਸੀਂ ਓਪਨਲੀ ਗੱਲ ਕਰੋਗੇ ਤੁਹਾਡਾ ਨੁਕਸਾਨ ਕਰਨਗੇ, ਤੁਹਾਨੂੰ ਗੋਲੀਆਂ ਵੱਜਣਗੀਆਂ। ਅਸੀਂ ਮੇਰੀ ਸੁਣੋ ਜੀ ਗੱਲ, ਜੇ ਇੱਕ ਮਿੰਟ, ਇਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਸ਼ਰਾਬ ਵੇਖ ਰਹੀ ਹੈ ਇੱਕ ਮਿੰਟ ਇਹ ਕਰ ਸੁਣੋ, ਇੱਥੋਂ ਤੁਹਾਡੇ ਇੱਥੋਂ ਥਾਣਾ ਕਿੰਨੀ ਦੂਰ ਪੈਂਦਾ ਹੈ? 500 ਗਜ਼ ਦੀ ਦੂਰੀ ਦੇ, 500 ਗਜ਼ ਦੀ ਦੂਰੀ ਦਾ ਥਾਣਾ ਵਾ। ਤੁਹਾਡਾ ਕਹਿਣਾ ਹੈ ਵੀ ਪੁਲਿਸ ਦੇ ਸੰਰਕਸ਼ਣ ਹੇਠ ਸਰ? ਬਿਲਕੁਲ ਜੀ, ਪੁਲਿਸ ਦੀ ਮਰਜ਼ੀ ਦੇ ਨਾਲ ਸਾਰਾ ਕੰਮ ਹੋਣ ਡਿਆ ਵਾ। ਪੁਲਿਸ ਨੇ ਸਾਨੂੰ ਇੱਥੋਂ ਘਰ ਵੇਚਣ ਦੇ ਮਜਬੂਰ ਕਰਤਾ ਵਾ। ਜਿੰਨੇ ਵੀ ਇੱਥੇ ਲੋਕ ਖਲੋਤੇ ਨੇ ਕਾਰੋਬਾਰ ਵੇਚਣ ਨੂੰ ਤਿਆਰ ਨੇ, ਘਰ ਵੇਚਣ ਨੂੰ ਤਿਆਰ ਨੇ, ਪਰ ਇੱਥੇ ਨਾ ਤਾਂ ਕਿਸੇ ਦਾ ਘਰ ਵਿਕਦਾ ਪਿਆ, ਨਾ ਦੁਕਾਨ ਵਿਕਦੀ ਪਈ, ਤੇ ਨਾ ਕਾਰੋਬਾਰ ਚੱਲ ਰਹੇ ਆ। ਜੇ ਅਸੀਂ ਹੁਣ ਸਮੈਕ ਵੇਚਾਂਗੇ ਤਾਂ ਪੁਲਿਸ ਜਿਹੜੀ ਸਾਨੂੰ ਫੜ ਕੇ ਅੰਦਰ ਦੇਖਦੇ, ਸਾਨੂੰ ਨਮੋਸ਼ੀ ਨਾਲ ਹੀ ਮਰ ਜਾਂਗੇ। ਅਸੀਂ ਨਮੋਸ਼ੀ ਨਾਲ ਮਰ ਜਾਂਗੇ, ਸਾਡੀ ਜਿਹੜੀ ਆਤਮਾ ਸਾਨੂੰ ਇਹ ਨਹੀਂ ਕਹਿੰਦੀ, ਪਰ ਜੋ ਹਾਲਾਤ ਬਣੇ ਨੇ ਹੁਣ ਇਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਹੈਗਾ, ਅਸੀਂ ਮਾੜਾ ਧੰਦਾ ਕਰ ਸਕੀਏ। ਅਸੀਂ ਜੀ 15 ਦਿਨ ਵੇਖਾਂਗੇ ਜੀ, 15 ਦਿਨਾਂ ਨਾ ਹੋਇਆ ਤੇ ਫਿਰ ਅਸੀਂ ਇਕੱਲਾ ਇਕੱਲਾ ਆਪਣਾ ਤੇਲ ਪਾ ਕੇ ਇੱਥੇ ਆਪਣੇ ਆਪ ਨੂੰ ਅੱਗ ਲਾ ਕੇ ਸੜਾਂਗੇ। ਜੇ ਪਰਮਾਤਮਾ ਨੇ ਕੁਛ ਨਹੀਂ ਕੀਤਾ, ਅਸੀਂ ਆਪਣੀ ਜ਼ਿੰਦਗੀਆਂ ਜਿਹੜੀਆਂ ਦੇਣ ਨੂੰ ਤਿਆਰ ਆ। ਜੇ ਅਸੀਂ ਭੁੱਖੇ ਰਹਿ ਕੇ ਮਰਨਾ ਤੇ ਅਸੀਂ ਰੱਜ ਕੇ ਮਰ ਲਾਂਗੇ, ਫਿਰ ਇਸ ਤਰ੍ਹਾਂ ਹੀ ਮਰ ਲਾਂਗੇ। ਅਮਰਜੀਤ ਸਿੰਘ ਜੀ, ਵੇਖੋ ਜੋ ਸਹੀ ਹੈ, ਜੋ ਦੱਸਿਆ 2 ਸਾਲ ਤੋਂ ਇਹ ਇਲਾਕੇ 'ਚ ਇਹੋ ਇਲਾਕਾ ਸਾਡਾ ਸਭ ਤੋਂ ਵਧੀਆ ਇਲਾਕਾ ਹੁੰਦਾ ਹੈ। ਕੋਈ ਅੱਜ ਤੱਕ ਕੋਈ ਉਹੋ ਜਿਹਾ ਮਾੜਾ ਕਰਮ ਨਹੀਂ ਆਹੀ, ਪੁਰਾਣੇ 2 ਸਾਲ ਪਹਿਲੇ ਇਲਾਕੇ ਸਲਾਘਾ ਵੀ ਕਰਦੇ ਹਾਂ, ਪਰ ਇਹ 2 ਸਾਲਾਂ ਜੋ ਇਲਾਕੇ ਦਾ ਬੇੜਾ ਗਰਕ ਹੋ ਗਿਆ, ਇੰਨੇ ਬੰਦੇ ਸ਼ਰਾਬ ਵੇਚ, ਜਿਹਨੂੰ ਗੱਲ ਕਰੋ ਗੱਲ ਪੈਣ ਪੈਂਦੇ ਨੇ। ਪੁਲਿਸ ਵੀ ਆਉਂਦੀ ਹੈ, ਪਾਈ ਭੱਜ ਗਈ, ਚਲ ਗਈ, ਆ ਗਈ, ਫੜਿਆ ਇੱਕ ਦੀ ਬੋਤਲ, 2 ਲੈ ਗਏ, 5 ਲੈ ਕੇ ਪੁਲਿਸ ਨੇ ਕੀਤਾ, ਪਰ ਪੁਲਿਸ ਗੱਲ 2-4 ਦੱਸ ਰਹੀ ਪਏ ਨੇ। ਪਰ ਪਤਾ ਨਹੀਂ ਕਾਰਨ ਕੀ ਹੈ ਵੀ ਸਾਰੇ ਅੰਮ੍ਰਿਤਸਰ 'ਚ ਕੋਈ ਇੱਥੇ ਬੰਦਾ ਘਰ ਦਾ ਰਿਸ਼ਤੇਦਾਰ ਨਹੀਂ ਆ ਸਕਦਾ, ਜੇ ਕੋਈ ਆਉਂਦਾ ਜਿਹੜਾ ਮਰਜ਼ੀ ਬੰਦਾ ਨਾਲ ਤੁਸੀਂ ਖਲੋਜੋ, ਭਾਵੇਂ ਕਿਸੇ ਗਾਤਰਾ ਪਾਇਆ ਹੋਵੇ, ਭਾਜੀ ਕਿਹੜੀ ਲੈਣੀ ਹੈ, ਕਿਹੜੀ ਲੈਣੀ ਹੈ, ਕਮਾਲ ਹੀ ਕਰਦੀ ਯਾਰ। ਮੁਹੱਲੇ ਦਾ ਕੋਈ ਧੀ ਭੈਣ ਨਹੀਂ ਲੰਘ ਸਕਦੀ, ਕੋਈ ਜਨਾਨੀ ਨਹੀਂ ਲੰਘ ਸਕਦੀ, ਹੋਟਲਾਂ ਸਾਡੇ ਕਾਰੋਬਾਰ ਸਾਰਾ ਖਤਮ ਕਰਤਾ।
ਪੈਸੇ ਥਾਣਾ ਤੁਹਾਨੂੰ ਲਾਂਭਾ ਪੈਂਦਾ ਵਾ ਜਾਂ ਕਸਾਈਏ ਲੈਂਦੇ ਨੇ ਪਾਉਂਦੇ, ਉਹ ਵੀ ਉਹਨਾਂ ਰੇਡ ਮਾਰੇ, ਉਹਨਾਂ ਨਾਲ ਵੀ ਲੜਾਈਆਂ ਹੋਈਆਂ, ਇੱਟਾਂ ਰੋੜਾ ਚੱਲਿਆ, ਪਰਚੇ ਵੀ ਉਹਨਾਂ ਕੀਤੇ ਆ, ਮਤਲਬ ਪਰ ਉਹ ਗੱਲ ਦੀ ਕੋਈ ਹੈ ਨਹੀਂ ਉਹ ਚੀਜ਼, ਮਾਫੀਆ ਜਿਹੜਾ ਕਿ ਉਹ ਹਾਵੀ ਹੈ ਪੁਲਿਸ ਪੂਰਾ 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 ਕੋਈ ਪ੍ਰਵਾਨ ਗਾਏ ਦੋ ਮਹੀਨਾ ਇੰਜ ਕਰਦੇ, ਹੁਣ ਪੁਲਿਸ ਵੀ ਕਹਿੰਦੇ ਬਾਂਦੇ ਵੀ ਰਹੇ, ਨਾਕੇ ਵੀ ਸਾਮੀ ਲਾਉਂਦੇ ਰਹੇ, ਪਰ ਉਸ ਤੋਂ ਬਾਅਦ ਫਿਰ ਕੋਈ ਕੰਮ ਹੋ ਜਾਂਦਾ ਲੱਗਦਾ ਜਦੋਂ ਪੁਲਿਸ ਚੱਲ ਜਾਂਦੀ ਫਿਰ ਉਹੀ ਉੱਥੇ ਉਸੇ ਵੇਲੇ ਸਵੇਰੇ ਵੀ ਰਾਤੀ ਦੁਪਹਿਰੇ ਉਸੇ ਉੱਦਾਂ ਹੀ ਕੋਈ ਪ੍ਰਾਪਰਟੀ ਦਾ ਕੋਈ ਇੱਥੇ ਹਾਲ ਨਹੀਂ ਰਹਿ ਗਿਆ, ਜੇ ਕਿਸੇ ਬੰਦੇ ਕਹਿੰਦੇ ਪ੍ਰਾਪਰਟੀ ਲੈਣੀ, ਅੱਗੇ ਦੋ ਸਾਲ ਪਹਿਲਾਂ ਪ੍ਰਾਪਰਟੀ ਇੱਥੇ ਵੇਖਣੀਆਂ ਲੈਣੀ, ਹੁਣ ਦੂਜੇ ਨੂੰ ਕਹਿੰਦੇ ਨਹੀਂ ਭਾਈ ਆ ਵੇਖੋ ਕੰਨਾਂ ਨਾਲ ਉੱਥੇ, ਅਸੀਂ ਇੱਥੇ ਪ੍ਰਾਪਰਟੀ ਲੈਣੀ, ਅਸੀਂ ਤੁਸੀਂ ਤਾਂ ਗੱਲ ਕਰ ਲਓਗੇ ਜਾਂ ਭੱਲੇ ਕਰ ਲਓ, ਅਸੀਂ ਨਵੇਂ ਬੰਦੇ ਕੀ ਕਰ ਰੱਖ ਲਾਂਗੇ, ਭਾੜਾ ਮਾਸ ਵਾਰੀ ਕੌਣ ਲੜਦਾ, ਜੇ ਇੱਥੇ ਪੁਲਿਸ ਦੀ ਡਿਊਟੀ ਲੱਗਦੀ ਵੀ ਆ ਨਾ, ਜੇ ਸ਼ਾਮ ਨੂੰ ਲਾਉਂਦੇ ਨੇ ਉਹਨਾਂ ਦੇ ਨੱਕ ਦੇ ਥੱਲੇ ਸਾਹਮਣੇ ਸ਼ਰਾਬ ਵਿਕਦੀ ਹੈ ਨਹੀਂ, ਤਾਂ ਤੁਸੀਂ ਇੱਦਾਂ ਕਰਨਾ ਮਾਈਕ ਨਹੀਂ ਲੈ ਕੇ ਆਉਣਾ ਕਿਸੇ ਨੇ, ਅਤੇ ਆਰਾਮ ਨਾਲ ਆ ਜਾਇਓ ਉੱਥੇ, ਅਤੇ ਤੁਹਾਨੂੰ ਹੀ ਜੱਫਾ ਮਾਰ ਦਾਂਗੇ, ਮੇਰਾ ਭਤੀਜਾ ਕਰਨਲ ਆਰਮੀ 'ਚ, ਉਹ ਇੱਥੇ ਆਇਆ ਉਹਨੂੰ ਜੱਫਾ ਮਾਰ ਲਿਆ, ਕਿਹੜੀ ਲੈਣੀ ਜੇ, ਉਹ ਕਹਿੰਦਾ ਭਰਾ ਮੈਂ ਤਾਂ ਇੱਥੇ ਮਿਲਣਾ ਆ, ਮੈਂ ਗਿਆ ਮੈਂ ਇਸ ਇਲਾਕੇ ਦਾ ਵਸਨੀਕ ਹਾਂ, ਮੈਨੂੰ ਜੱਫਾ ਮਾਰ ਰਿਹਾ, ਕਿਹੜੀ ਲੈਣੀ ਜੇ, ਇੱਥੇ ਆਊਟਸਾਈਡਰ ਇੰਨੇ ਲੋਕ ਆ ਚੁੱਕੇ ਨੇ, 5 ਜਾਂ 10 ਬੰਦੇ ਨੇ ਜਿਹੜੇ ਇੱਥੋਂ ਦੇ ਨੇ, ਅੱਗੋਂ 5 ਬੰਦੇ ਉਹਨਾਂ ਦੇ ਨੇ, ਇਹਨਾਂ ਬੰਦਿਆਂ ਨੇ ਇੰਨੀ ਕੁ ਜ਼ਿਆਦਾ ਬੁਰੀ ਹਾਲਤ ਕਰਤੀ ਹੈ ਵੀ ਸਾਡੇ ਲੋਕਾਂ ਨਾਲ ਜੀਣਾ ਜਿਹੜਾ ਖਤਮ ਕਰਤਾ, ਜੇ ਕੱਲ੍ਹ ਨੂੰ ਸਾਡਾ ਕੋਈ ਨੁਕਸਾਨ ਹੁੰਦਾ ਇੱਥੋਂ ਦੇ ਲੋਕ ਜ਼ਿੰਮੇਵਾਰ, ਅਸੀਂ ਬੋਲਦੇ ਨਹੀਂ ਸੀ ਵੀ ਇਹਨਾਂ ਨੂੰ, ਅਸੀਂ ਵੀ ਡਰ ਹੈ ਇਹਨਾਂ ਨੂੰ, ਲੇਕਿਨ ਅਸੀਂ ਆਖ ਕੇ ਹੁਣ ਬੋਲੇ ਹਾਂ, ਜਿਹੜਾ ਬੋਲੇ ਉਹਨੂੰ ਕਿਸੇ ਨੂੰ ਇਹ ਛੁਰੀ ਮਾਰਨਗੇ ਜਾਂ ਉਹਦੇ ਕੋਈ ਜਿਹੜਾ ਗੋਲੀ ਮਾਰਨਗੇ, ਜੇਕਰ ਸਾਡਾ ਕਿਸੇ ਦਾ ਵੀ ਕੋਈ, ਜਿੰਨੀਆਂ ਫੈਮਲੀਆਂ ਇੱਥੇ ਇਕੱਠੀਆਂ ਹੋਈਆਂ ਨੇ, SHO ਰਾਮਬਾਗ, ਇਹਦਾ ਪ੍ਰਸ਼ਾਸਨ, ਭਗਵੰਤ ਮਾਨ ਸਰਕਾਰ, ਇਹਦੀ ਜ਼ਿੰਮੇਵਾਰ ਹੋਏਗੀ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਵਾ, ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਜੀ, ਇਹ ਇਸ ਤੋਂ ਪਹਿਲਾਂ AC ਆਪਣਾ ਭੁੱਲਰ ਸਾਹਿਬ ਲੱਗੇ ਸੀਗੇ, ਉਹਨਾਂ ਦੇ ਧਿਆਨ 'ਚ ਸਾਰਾ ਸੌਦਾ ਲਿਆਂਦਾ ਗਿਆ, ਉਹਨਾਂ ਨੇ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਜੀ, ਅਤੇ ਕੋਈ CP ਸਾਹਿਬ ਨੂੰ ਪਰਸਨਲੀ ਮਿਲੇ ਸਾਂ ਜੀ, ਉਹਨਾਂ ਨੂੰ ਜਾ ਕੇ ਦੱਸ ਕੇ ਆਏ ਸਾਂ, ਇਹ ਕੋਈ ਬਸ ਜਦੋਂ ਬਦਲਣ ਤੋਂ 2-3 ਦਿਨ ਪਹਿਲਾਂ ਦੀ ਗੱਲ ਆ, ਅਤੇ ਇਸ ਕਰਕੇ ਸਾਡੀ ਮੰਗ ਆ ਭਰਾ, ਜੇ ਸਾਨੂੰ ਬਚਾਉਣਾ ਵਾ ਇਹਨਾਂ ਲੋਕਾਂ ਨੂੰ, ਜੇ ਰੋਟੀ ਖਾਣ ਦੇਣੀ ਆ ਲੋਕਾਂ ਦੇ, ਇੱਥੇ ਜੇ ਭਗਵੰਤ ਮਾਨ ਸਰਕਾਰ ਜ਼ੁਲਮ ਨਹੀਂ ਵਧਾਉਣਾ ਚਾਹੁੰਦੀ, ਤਾਂ ਸਾਨੂੰ ਰੱਬ ਦਾ ਵਾਸਤਾ, ਸਾਨੂੰ ਅਮਨ ਮਾਨ ਨਾਲ ਸ਼ਾਂਤੀ ਨਾਲ ਕੰਮ ਕਰਨ ਦਿੱਤੇ ਜਾਣ, ਠੀਕ ਹੈ ਜੀ, ਜਦੋਂ ਦਾ ਸ਼ਰਾਬ ਦਾ ਕੰਮ ਤਾਂ ਸ਼ੁਰੂ ਹੋਇਆ ਵਾ, ਇਹਦਾ ਐਡਵਰਸ ਇਫੈਕਟ ਇਹ ਹੋਇਆ ਕਿ ਇੱਥੇ ਚੋਰੀਆਂ ਚਕਾਰੀਆਂ ਬਹੁਤ ਵੱਧ ਗਈਆਂ, ਮੇਰੀ ਦੁਕਾਨ ਸ਼ਰੇਆਮ ਦੁਪਹਿਰੇ ਤਾਲੇ ਤੋੜ ਕੇ ਮੇਰਾ 5-10 ਹਜ਼ਾਰ ਰੁਪਇਆ ਮੇਰਾ ਲੈ ਗਏ, ਇਹ ਮੇਰੀ ਮੈਡੀਸਨ ਦੀ ਦੁਕਾਨ ਹੈ ਜੀ, ਅਸੀਂ ਮੈਡੀਕਲ ਨਸ਼ਾ ਕੋਈ ਨਹੀਂ ਵਿਕਦਾ ਜੀ, ਔਰ ਉਸ ਤੋਂ ਬਾਅਦ ਗੱਲ ਆ ਵਾ ਕਿ ਜਿੰਨਾ ਸ਼ਰਾਬ ਦਾ ਸਿਸਟਮ ਇੱਥੇ ਚੱਲਿਆ ਵਾ, ਇੱਥੇ ਤਰ੍ਹਾਂ ਤਰ੍ਹਾਂ ਦੇ ਬੰਦੇ ਆਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਉਹ ਦੇਖਦੇ ਨੇ, ਉਹ ਚੋਰੀਆਂ ਚਕਾਰੀਆਂ ਦਾ ਬਹੁਤ ਕੰਮ ਵੱਧ ਗਿਆ, ਮੋਟਰਸਾਈਕਲ ਲੋਕਾਂ ਦੀ ਦੁਕਾਨਾਂ ਤੋਂ AC ਲੱਥ ਗਏ, ਲੋਕਾਂ ਦੀ ਦੁਕਾਨਾਂ ਤੋਂ ਮੋਟਰਸਾਈਕਲ ਗਾਇਬ ਹੋ ਗਏ ਜੀ, ਇਹ 2 ਸਾਲ ਤੋਂ ਬਹੁਤ ਜ਼ਿਆਦਾ ਕੰਮ ਵੱਧ ਗਿਆ, ਅਸੀਂ ਚਾਹੁੰਦੇ ਹਾਂ ਜੀ ਇਹਦਾ ਇਲਾਕੇ ਦਾ ਸੁਧਾਰ ਕੀਤਾ ਜਾਵੇ ਅਤੇ ਸ਼ਰਾਬ ਤੋਂ ਛੁਟਕਾਰਾ ਦਿੱਤਾ ਜਾਵੇ। ਸਰ ਮੈਂ ਅੱਜ ਅੱਜ ਹੀ ਮੈਂ ਪਹਿਲੇ ਦਿਨ ਅਜੇ ਮੈਂ ਆਪਣੀ ਹਾਜ਼ਰੀ ਪਾ ਕੇ ਉਠਾਉਣੀ ਹੈ, ਲੋਕਾਂ ਦੀ ਜੋ ਸਮੱਸਿਆ ਹੈਗੀ ਉਹ ਹੱਲ ਕਰਾਉਣਾ ਦਾ, ਉਹ ਜਿੱਦਾਂ ਵੀ ਹੋਏਗੀ ਕਾਰਵਾਈ ਕਰਾਂਗੇ ਜੀ, ਮਸਾਲ ਕਰਾਂਗੇ, ਆਰੋਪ ਲਗਾ ਰਹੇ ਨੇ ਪੁਲਿਸ ਦੀ ਮਿਲੀ ਭੁਗਤ ਨਾਲ ਸਾਰਾ ਕੰਮ ਚੱਲ ਰਿਹਾ ਜੀ ਇੱਥੇ, ਇਹੋ ਜਿਹੀ ਗੱਲ ਕੋਈ ਵੀ ਨਹੀਂ ਸਰ ਹੈਗੀ, ਇਹ ਗੱਲ ਤਾਂ ਸਿਰਫ ਇਹ ਆ ਕਿ ਜਦੋਂ ਜਿਵੇਂ ਜਿਵੇਂ ਕਾਰਵਾਈ ਆਪਣਾ ਨੋਟਿਸ ਵਿੱਚ ਆਉਂਦਾ ਅਸੀਂ ਨਾਕਾਬੰਦੀ ਵੀ ਕਰਦੇ ਹਾਂ, ਹਾਂਜੀ ਬਿਲਕੁਲ ਹੀ, ਮੈਨੂੰ ਵੀ ਸਰ ਥੋੜ੍ਹੀ ਦੇਰ ਹੋਈ ਇੱਥੇ ਆਇਆਂ ਨੂੰ, ਕੋਈ 2-4 ਮਹੀਨੇ ਹੋਏ ਆ, ਸੈਕਿੰਡ ਇਹ ਆ ਕਿ ਅਸੀਂ ਇਹਨਾਂ ਦਾ ਜਿਹੜਾ ਸਕੰਜਾ ਕੱਸਿਆ ਹੋਇਆ ਨਾਕਾਬੰਦੀ ਡੇਲੀ ਇਹਦਾ ਨਾਕਾਬੰਦੀ ਕਰੀ ਦੀ ਆ, ਔਰ ਜਿੰਨੀ ਦੇਰ ਤੱਕ ਅਸੀਂ ਇੱਥੇ ਨਾਕਾਬੰਦੀ ਕਰਦੇ ਹਾਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਸੀ, ਪਰ ਜਦੋਂ ਇਹ ਜਦੋਂ ਆਪਾਂ ਫੜਦੇ ਹਾਂ ਉਹਨਾਂ ਦੇ ਕਈ ਪਰਚੇ ਵੀ ਦਰਜ ਕੀਤੇ ਆ, ਇਵਨ ਮੈਂ ਵੀ ਲੇਟੈਸਟ ਥੋੜ੍ਹੀ ਦੇਰ ਹੋਇਆ, ਕਹਿੰਦੇ ਜਦੋਂ ਨਾਕਾ ਪੁਲਿਸ ਲਾਉਂਦੀ ਹੈ ਔਰ ਨਹੀਂ ਵੇਚਦੇ ਸ਼ਰਾਬ, ਜਦੋਂ ਪੁਲਿਸ ਚੱਲ ਜਾਂਦੀ ਫਿਰ ਕਾਰੋਬਾਰ ਉੱਦਾਂ ਹੀ ਚਾਲੂ ਹੋ ਜਾਂਦਾ ਜਿੱਦਾਂ ਮਕਬੂਲਪੁਰ ਹੈ, ਜਦੋਂ ਪੁਲਿਸ ਜਾਂਦੀ ਰੇਡ ਮਾਰਨ ਔਰ ਗੈਪ ਹੋ ਜਾਂਦੇ ਸਾਰੇ, ਉਹੀ ਹਾਲ ਇੱਥੇ ਆਰਾਮ ਦਾ। ਦੇਖੋ ਇਹ ਜਿਹੜੀ ਗੱਲ ਹੈ ਉਹ ਤਾਂ ਪੈਟਰੋਲਿੰਗ ਦੇ ਰਾਹੀਂ PCR ਵਾਲਿਆਂ ਨੇ ਵੀ ਆਪਣਾ ਹਦਾਇਤਾਂ ਕੀਤੀਆਂ ਹੋਈਆਂ ਕਿ ਉਸ ਤੋਂ ਬਾਅਦ ਚੱਕਰ ਮਾਰਨ, ਉਸ ਤੋਂ ਬਾਅਦ ਜਦੋਂ ਕਹਿੰਦੇ ਪੈਸੇ ਲੈਂਦੇ ਸਾਰੇ ਜਾਣੇ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਗੀ ਸਰ, ਰੋਪ ਲਗਾ ਰਹੇ ਰੋਪ ਤੇ ਸਰ, ਜੋ ਪੁਲਿਸ ਤੇ ਜੋ ਮਰਜ਼ੀ ਕਹੀ ਜਾਂਦੇ, ਲੇਕਿਨ ਜੋ ਲੇਟੈਸਟ ਜੇ ਪਰਸੋਂ ਪਰਚਾ ਦਰਜ ਕੀਤਾ, ਇਸ ਤੋਂ ਪਹਿਲਾਂ ਮੈਂ ਪਰਚਾ ਦਰਜ ਕੀਤਾ, ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਚੇ ਆ ਸੱਚੋ ਸਾਹਿਬ ਵੀ ਬੜੀ
ਉਸਤਾਦੀ ਨਾਲ ਇੱਥੇ ਬੰਨੇ ਧਿਆਨ ਉਹਨਾਂ ਦਾ। ਪਰ ਇਹਨਾਂ ਨੇ ਕਿਹਾ ਜੀ ਜੇ 15 ਦਿਨ ਅੰਦਰ ਨਾ ਕੋਈ ਕਾਰਵਾਈ ਹੋ ਤੇ ਆਤਮਦਾਹ ਕਰਾਂਗੇ ਅਸੀਂ। ਦੇਖੋ ਜੀ ਇਹ ਚੀਜ਼ ਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਹਾਂ, ਸੀਰੀਅਸ ਲਵਾਂਗੇ ਔਰ ਹੋਰ ਪਹਿਲਾਂ ਵੀ ਲਿਆ ਹੋਰ ਵੀ ਗਾਂ ਲੈ ਕੇ ਕਾਰਵਾਈ ਕਰਦੇ ਹਾਂ। ਹੱਲ ਹੋਇਆ ਆਪਣੇ ਆਪ ਨੂੰ ਅਸੀਂ ਅੱਗਾਂ ਲਾਵਾਂਗੇ ਇੱਥੇ ਹੀ। ਸਰ ਇਹ ਅਸੀਂ ਹੋਰ ਵੀ ਜ਼ਿਆਦਾ ਸੀਰੀਅਸ ਇਹ ਮੈਟਰ ਨੂੰ ਲੈ ਕੇ ਅਸੀਂ ਇਹਨਾਂ 'ਤੇ ਸਿਕੰਜਾ ਕੱਸ ਕੇ ਅਤੇ ਕਾਰਵਾਈ ਕਰਾਂਗੇ ਔਰ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਕੋਈ ਗੱਲ ਨਹੀਂ ਹੋਣ ਦੇਵਾਂਗੇ। ਹਾਂਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।